बिस्मिल्लाहिर्रहमानिर्रहीम अस्सलामु अलैकुम नाज़रीन, तुसीं वेख रहे हो बिशारत अली टीवी। मैं तुहाडा मेज़बान बिशारत अली। नाज़रीन माशाअल्लाह बड़ी सोहनी, बिल्कुल हुणे थोड़ी देर पहले सूई मज दूसरा सूआ छोटी सूई, कमाल दी छोटी जी सोहनी और माशाअल्लाह खूबसूरत। एंड ते पूरी डिटेल है जिहड़ी ओह आपां डिस्कस कर लवांगे मालक नाल, डिमांड और सूआ वगैरह जो भी इहदे मामलात ने। बाकी माशाअल्लाह तुहाडे सामने जानवर पंडा हवाने वालिया ने माशाअल्लाह सोहना हवाना सोहना थानी। बाकी हुण आपां एंड ते बाकी गलबात करांगे, वीडियो वेखनी पूरी ताकि जानवर की तसली हो जाए। पंजवां थाने जी इहदे विचों कोई पाँच दस तारां आंदियां ने भाई, उरे कहिंदे ने दो तीन। ਬਾਕੀ ਆਪਾਂ ਗੱਲਬਾਤ ਚਾਚੇ ਕੋਲ ਪੁੱਛ ਲਵਾਂਗੇ, ਤਸੱਲੀ ਤੁਹਾਨੂੰ ਕਰਵਾ ਦਿੰਦੇ ਹਾਂ। ਹਵਾਨਾ ਮਾਸ਼ਾਅੱਲਾ ਚੈੱਕ ਕਰ ਸਕਦੇ ਹੋ ਪੂਰੇ ਥੱਬ ਜ਼ਰਾ ਟੋਰੇ ਨੇ ਟੋਰੀ ਛੋਟੇ ਨਾਰੇ ਦੇ ਜ਼ੋਰ ਨਾਲ ਥੋੜ੍ਹੇ ਜਿਹੇ ਥੰਨ ਜਿਹੜੇ ਨੇ ਮਾਸ਼ਾਅੱਲਾ ਜੀ ਪੂਰਾ ਥੱਬਿਆਂ ਦਾ ਹਵਾਨਾ ਹੈ ਤੁਹਾਡੇ ਸਾਹਮਣੇ। ਤੁਨੀ ਕੋਲੇ ਵੀ ਬਿਲਕੁਲ ਕੋਈ ਨਹੀਂ ਹੈਗੀ। ਇੱਕ ਦਫ਼ਾ ਜਦੋਂ ਫਿਰ ਜਾਨਵਰ ਸੁਣਦਾ ਥੋੜ੍ਹਾ ਜਿਹਾ ਮਾਠਾ ਤੋਂ ਪੈ ਹੀ ਜਾਂਦਾ। ਇਹ ਮਾਸ਼ਾਅੱਲਾ ਕੱਟੀ ਜੀ ਕਾਲੀ ਸ਼ਾਹ ਸਾਰੀ ਪੋਸ਼ ਤੋਂ ਇਲਾਵਾ ਕੱਟੀ ਹੈ। थोड़ी देर पहले कट्टी दी किनवा सुआ सुई है दूसरा सुआ कर दी अपनी पहला सुआ करे पीती माशाल्लाह ठीक है। अच्छा हुण सूई है दूसरा सूआ पहले सूए घर चोई पीती है पहले सूए का की दुध दा रिकॉर्ड शिकार सी माशाल्लाह पहले सूए ने कटा दिता सी। अच्छा दुध चंगा दिंदे रही है 8-8 किलो कटा आंदा 15-16 किलो दुध पक्का दिंदे रही है बाहर ते तोरे फेरे ते भी ते घर भी पट्टे पुट्ठे भी गवंड बणी एक दिन दा 15-16 लीटर ना जी दोवां टाइमां दा 8-8, 7-7 किलो दुध। हां मतलब एक दिन दा ही हो गया ना 15-16 लीटर दुध ठीक हो गया। आहो दिन दे विच दो टाइम हुंदे ना सुबह भी 8 शाम भी 8 ठीक हो गया 14-15-16 तक। हां जी ठीक हो गया माशाल्लाह बड़ा दुध सी पहलन छोटी है जड़ी एने दिन दी है चंगी होंदी हुन भी माशाल्लाह इनू दुध वधना चाहिए दे। वधना चाहिए दे। ਹੁਣ ਤੇ ਸੂ ਵੀ ਮਾਸ਼ਾਅੱਲਾ ਥਨਾਸ਼ਨਾ ਦੀ ਸਾਰੀ ਪਾਸ ਹੋ ਜਾਏਗੀ। ਇਹਦੀ ਡਿਮਾਂਡ ਕੀ ਕਰ ਰਹੇ ਹੋ? ਡਿਮਾਂਡ ਤੇ ਜੀ 4 ਲੱਖ ਤੇ ਬਾਕੀ ਅਸੀਂ 3,80,000 ਦੇ ਫਰਨ ਮਾਜ ਦੇ ਦਾਂਗੇ। ਅੱਛਾ ਵੈਸੇ 4 ਲੱਖ ਡਿਮਾਂਡ ਕਰਦੇ ਹੋ 3,80,000 ਦੀ ਮਾਜ ਦਿਓਗੇ। ਚਲੋ ਇਹਦੇ ਵਿੱਚ ਵੀ ਥੋੜੀ ਬਹੁਤੀ ਦੀਦ ਪਿਆਰ ਮੁਹੱਬਤ ਕੋ ਜਾਨ ਚਲੋ ਉਹ ਵੀ ਕੋਈ ਨਹੀਂ ਗੱਲ ਕੋਈ ਪਿਆਰ ਆਇਆ ਤਾਂ ਕਰ ਲਾਂਗੇ ਬਾਕੀ ਮਾਸ਼ਾਅੱਲਾ ਮਾਜ ਤੁਹਾਡੀ ਚੰਗੀ ਹੈ ਅੱਲਾਹ ਤਾਲਾ ਜਿਹੜਾ ਭਾਈ ਲੈ ਕੇ ਜਾਵੇ ਬੰਦਾ ਲੈ ਜਾਗਾ ਯਾਦ ਕਰੇਗਾ ਇਨਸ਼ਾਅੱਲਾ ਤਾਲਾ ਆਪਣੀ ਕਰਦੀ ਇਹ ਨਹੀਂ ਕੋਈ ਵਪਾਰ ਦੀ ਨਹੀਂ ਆ ਵਪਾਰ ਬਿਲਕੁਲ ਕਰਦੀ ਹੈ ਜੀ ਮੱਝਾਂ ਆ ਮਾਲ ਖੜੀਆਂ ਕਿੱਥੇ ਹੋਰ ਅੰਦਰ ਮਾਲ ਅੰਦਰ ਬੈਠਾ ਬਿਲਕੁਲ ਅੱਖ ਦੋ ਵੀ ਦੋ ਠਾਕ ਵੀ ਖਾ ਦਿੰਨੇ ਆ ਬਿਲਕੁਲ ਸਹੀ ਨਹੀਂ ਜਾਨਵਰ ਮਾਸ਼ਾਅੱਲਾ ਆਪਣੇ ਕੋਲ ਚੰਗੇ ਨੇ ਤੇ ਜੇਰ ਹਲੇ ਨਹੀਂ ਪਈ। ਅੱਛਾ ਇਹਦਾ ਜਿਹੜਾ ਪੰਜਵਾਂ ਥਾਂ ਨੇ ਹਾਂਜੀ ਉਹ ਚੱਲਦਾ ਯਾਰ ਉਹ ਸਾਡੀ ਮੱਝਾਂ ਦੀ ਨਸਲ ਚ ਲਗਾ ਆਂਦਾ ਐਵੇਂ ਤਾਰਾਂ 3-4 ਆਉਂਦੀਆਂ ਨੇ ਪਾਇਆ ਦੁੱਧ ਦਾ ਵੀ ਨਾ ਆਵੇਗਾ ਇਨਸ਼ਾਅੱਲਾ ਤਾਲਾ ਕਿਤੇ ਨਾ ਗੱਲ ਕਰ ਪਾਇਆ ਦੁੱਧ ਦਾ ਵੀ ਇੱਕ ਟਾਈਮ ਦਾ ਨਾ ਆਵੇਗਾ ਜੀ ਨਾ ਆਵੇਗਾ ਦੁੱਧ 8 ਕਿਲੋ ਟਾਈਮ ਦਾ ਮਾਰ ਕਰੇਗੀ ਦੁੱਧ ਉਹਨੇ ਸਾਡੇ ਪਾਇਆ ਨਾ ਆਵੇਗਾ ਜੀ ਪਾਇਆ ਨਾ ਆਵੇ ਠੀਕ ਹੈ ਜੀ ਪਾਇਆ ਤੋਂ ਵੱਧ ਵੀ ਹੋਵੇ ਤੁਸੀਂ ਜ਼ਿੰਮੇਵਾਰ ਹੋਵੋ ਵਾਹ ਬਿਲਕੁਲ ਸੱਚੀਆਂ ਗੱਲਾਂ ਕਰਨੇ ਜੀ ਬਾਕੀ ਮਾਸ਼ਾਅੱਲਾ ਚਲੋ ਉਹ ਤੇ ਕੋਈ ਮਸਲਾ ਨਹੀਂ ਉਹ ਤੇ ਤਾਰਾਂ ਆ ਵੀ ਜਾਵਣ ਤੇਰੀ ਗੱਲ ਕੋਈ ਨਹੀਂ ਬਾਕੀ ਉਹ ਇਹ ਇਸ ਨਸਲ ਜੀ ਪੰਜ ਪੰਜ ਥਾਂ ਠੀਕ ਹੋ ਗਿਆ।
ਬਾਕੀ ਮਾਸ਼ਾਅੱਲਾ ਅਗਰ ਪਹਿਲੇ ਸੂਏ 14 15 ਵੀ ਦਿੰਦੀ ਰਹੀ ਹੈ ਤੇ ਇਸ ਦਫਾ ਇਹਨੂੰ 100 ਵੀ ਪਲੱਸ ਕਰਨਾ ਚਾਹੀਦਾ ਸਾਡੇ ਘਰ ਖਲੋਤੀ ਹੈ ਉਹ ਇਸ ਦੀ ਦੂਸਰੀ ਪੈਣ ਦੀ ਦੀ ਹੈ ਹਾਂ ਉਹ ਅੱਗੇ ਵੇਚ ਉਹ ਖਲੋਤੀ ਮੌਜੂਦ ਉਸ ਸਰੇ ਉਹਦੇ ਨਾਲ ਹੀ ਪੰਜਵਾਂ ਥਾਣਿਆਂ ਕੋ ਵੀ ਚੈੱਕ ਕਰਾ ਦਿੰਦੇ ਅੱਛਾ ਜੀ ਬਾੜੇ ਦੇ ਵਿੱਚ ਖਲੋਤੀ ਹੈ ਉਹ ਕੱਢੋ ਹਾਂ ਬਾਹਰ ਕੱਢੋ ਬਾਹਰ ਨਾਲ ਹੀ ਬਾਹਰ ਤੇ ਕੋਈ ਅਸਰ ਝੱਟੀ ਤਾਂ ਨਹੀਂ ਵੇਚਣ ਵਾਲੀ ਹੈਗੀ ਨਹੀਂ ਜੀ ਉਹ ਨਹੀਂ ਵੇਚਣੀ ਹੈ ਮੈਂ ਹਾਂ ਸੂਈ ਵੇਚਾਂਗੇ ਨਹੀਂ ਮੈਂ ਕਿਹਾ ਵੈਸੇ ਕੋਈ ਹੁੰਦੀ ਨਾ ਹੋਰ ਹਾਂ ਆ ਝੋਟੀ ਆਂਦੇ ਪਿਆ ਉਹ ਵੇਖ ਲਓ ਇਹ ਨਾ ਕਿ ਝੂਠ ਮਾਰਦੇ ਨੇ ਇਹ ਸਾਡੀ ਨਸਲ ਦੇ ਵਿੱਚ ਨਾ ਆ ਝੋਟੀ ਹੈ ਠੀਕ ਹੋ ਗਿਆ ਇਹਦੇ ਵੀ ਪੰਜ ਨੇ ਉਸੇ ਪਸਾਇਰ ਤੇ ਹੋਵੇ ਠੀਕ ਹੋ ਗਿਆ ਇਹ ਨਸਲ ਚ ਹੀ ਨਸਲ ਦੇ ਵਿੱਚ ਆ ਚਲੋ ਜੀ ਮਾਸ਼ਾਅੱਲਾ ਬਿਲਕੁਲ ਸਹੀ ਹੋ ਗਿਆ ਕੱਟੀ ਆਪੇ ਚੁੰਗੇ ਜਾਂਦੇ ਤੇ ਮਿਹਰਬਾਨੀ ਚਾਚਾ ਜੀ ਓਕੇ ਜੀ ਅੱਲਾ ਹਾਫਿਜ਼